उत्तराखंड के मुख्यमंत्री पुष्कर सिंह धामी ने राज्य के मंत्री विधायकों के साथ CDS जनरल बिपिन रावत और अन्य रक्षा कर्मियों को श्रद्धांजलि दी। आपको बता दें 8 दिसंबर को एक दुखद हेलीकॉप्टर दुर्घटना में जनरल रावत और उनकी पत्नी सहित 13 लोगों की मौत हो गई थी। देश दुनिया ਦੀਆਂ ਤਾਜ਼ਾ खबर ਦੇ ਲਈ ਹੁਣੇ प्ले स्टोर ਤੋਂ डाउनलोड करो पंजाब की आवाज़ अजीत न्यूज़ ऐप। ਹੁਣ ਤੁਹਾਡਾ ਆਪਣਾ अजीत हर सोशल मीडिया प्लेटफार्म ਦੇ ਉੱਤੇ ਉਪਲਬਧ ਹੈ। फेसबुक ਦੇ ਉੱਤੇ ਹੁਣੇ लाइक ਤੇ फॉलो करो अजीत ਦਾ ऑफिशियल पेज डेली अजीत ਤੇ ਹਾਂ ਨਾਲ ਹੀ ਦੋਸਤਾਂ ਨੂੰ पेज लाइक ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ लाइक ਤੇ फॉलो करो ਸਾਡਾ फेसबुक पेज अजीत समाचार हिंदी। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ Twitter ਤੇ Instagram ਦੇ ਉੱਤੇ ਵੀ ਉਪਲਬਧ ਹੈ। Twitter ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ Instagram ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।